ਅੱਜ ਸਵੇਰ ਤੋਂ ਹੀ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਦੇ ਅਧੀਨ ਪੈਂਦੇ ਰਾਏਕੋਟ ਹਲਕੇ ਦੇ ਵੱਖ ਵੱਖ ਪਿੰਡਾਂ ਦੇ ਦੌਰੇ ਤੋਂ ਬਾਅਦ ਇਸ ਵੇਲੇ ਮੈਂ ਲਾਣਾ ਮੰਡੀ ਵਿਖੇ ਖੜਾ ਹਾਂ। ਸਮੂਹ ਭਾਰਤੀ ਸਹਿਬਾਨ ਵੱਲੋਂ ਬੜਾ ਵੱਡਾ ਮਾਨ ਸਤਿਕਾਰ ਜਿਹੜਾ ਹੈ ਉਹ ਦਿੱਤਾ ਗਿਆ। ਮੈਂ ਸਮਝਦਾ ਕਿ ਰਾਏਕੋਟ ਹਲਕੇ ਦੇ ਵਿੱਚ ਮੇਰੀਆਂ ਪਹਿਲੀਆਂ ਕੀਤੀਆਂ ਹੋਈਆਂ ਸੇਵਾਵਾਂ ਨੂੰ ਧਿਆਨ ਚ ਰੱਖਦਿਆਂ ਹੋਇਆਂ ਸਮੂਹ ਆਰਤੀ ਵੀਰਾਂ ਨੇ ਇਹ ਫੈਸਲਾ ਕੀਤਾ ਕਿ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣਾ ਔਰ ਇਸ ਹਲਕੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿਹੜਾ ਭਾਰੀ ਬਹੁਮਤ ਨਾਲ ਅੱਗੇ ਜਾਏਗਾ ਔਰ ਇਹ ਸੀਟ ਜਿੱਤ ਕੇ ਅਸੀਂ ਪਾਰਟੀ ਦੀ ਝੋਲੀ ਚ ਪਾਵਾਂਗੇ। ਰਾਏਕੋਟ ਹਲਕੇ ਦੇ ਅੰਦਰ ਜਿੰਨਾ ਵਿਕਾਸ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਹੋਇਆ ਉਹਨਾਂ ਹੋਰ ਕਿਸੇ ਸਰਕਾਰ ਸਮੇਂ ਨਹੀਂ ਹੋਇਆ। ਠੀਕ ਹੈ, ਬੰਦੇ ਆਪਣੇ ਤੌਰ ਤੇ ਦਾਅਵੇ ਕਰਦੇ ਹੁੰਦੇ ਨੇ, ਲੇਕਿਨ ਇੱਥੇ ਦੇ ਸਾਰੇ ਪਿੰਡਾਂ ਦੇ ਵਿੱਚ ਵਿਕਾਸ ਦਾ ਕੰਮ ਮੈਂ ਆਪਣੇ ਹੱਥੀ ਕਰਦਾ ਰਿਹਾ। ਕੈਂਡੀਡੇਟਾਂ ਦੇ ਕਿਰਦਾਰ, ਉਹਨਾਂ ਦੀ ਪਾਰਟੀ ਤੇ ਉਹਨਾਂ ਦੇ ਕੰਮ ਨੂੰ ਦੇਖ ਕੇ ਵੋਟ ਪਾਓ। ਅਗਰ ਇਹਨਾਂ ਚਾਰ ਦੇਖ ਕੇ ਵੋਟ ਪਾਊਗੀ ਤਾਂ ਸ਼੍ਰੋਮਣੀ ਅਕਾਲੀ ਦਲ ਬਸ ਜਿਹੜੀ ਵੱਡੀ ਜਿੱਤ ਪ੍ਰਾਪਤ ਕਰੇ। ਅੱਜ ਸਵੇਰ ਤੋਂ ਹੀ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਦੇ ਅਧੀਨ ਪੈਂਦੇ ਰਾਏਕੋਟ ਹਲਕੇ ਦੇ ਵੱਖ ਵੱਖ ਪਿੰਡਾਂ ਦੇ ਦੌਰੇ ਤੋਂ ਬਾਅਦ ਇਸ ਵੇਲੇ ਮੈਂ ਲਾਣਾ ਮੰਡੀ ਵਿਖੇ ਖੜਾ ਹਾਂ। ਸਮੂਹ ਭਾਰਤੀ ਸਹਿਬਾਨ ਵੱਲੋਂ ਬੜਾ ਵੱਡਾ ਮਾਨ ਸਤਿਕਾਰ ਜਿਹੜਾ ਹੈ ਉਹ ਦਿੱਤਾ ਗਿਆ। ਮੈਂ ਸਮਝਦਾ ਕਿ ਰਾਏਕੋਟ ਹਲਕੇ ਦੇ ਵਿੱਚ ਮੇਰੀਆਂ ਪਹਿਲੀਆਂ ਕੀਤੀਆਂ ਹੋਈਆਂ ਸੇਵਾਵਾਂ ਨੂੰ ਧਿਆਨ ਚ ਰੱਖਦਿਆਂ ਹੋਇਆਂ ਸਮੂਹ ਆਰਤੀ ਵੀਰਾਂ ਨੇ ਇਹ ਫੈਸਲਾ ਕੀਤਾ ਕਿ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣਾ ਔਰ ਇਸ ਹਲਕੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿਹੜਾ ਭਾਰੀ ਬਹੁਮਤ ਨਾਲ ਅੱਗੇ ਜਾਏਗਾ ਔਰ ਇਹ ਸੀਟ ਜਿੱਤ ਕੇ ਅਸੀਂ ਪਾਰਟੀ ਦੀ ਝੋਲੀ ਚ ਪਾਵਾਂਗੇ। ਰਾਏਕੋਟ ਹਲਕੇ ਦੇ ਅੰਦਰ ਜਿੰਨਾ ਵਿਕਾਸ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਹੋਇਆ ਉਹਨਾਂ ਹੋਰ ਕਿਸੇ ਸਰਕਾਰ ਸਮੇਂ ਨਹੀਂ ਹੋਇਆ। ਠੀਕ ਹੈ, ਬੰਦੇ ਆਪਣੇ ਤੌਰ ਤੇ ਦਾਅਵੇ ਕਰਦੇ ਹੁੰਦੇ ਨੇ, ਲੇਕਿਨ ਇੱਥੇ ਦੇ ਸਾਰੇ ਪਿੰਡਾਂ ਦੇ ਵਿੱਚ ਵਿਕਾਸ ਦਾ ਕੰਮ ਮੈਂ ਆਪਣੇ ਹੱਥੀ ਕਰਦਾ ਰਿਹਾ। ਕੈਂਡੀਡੇਟਾਂ ਦੇ ਕਿਰਦਾਰ, ਉਹਨਾਂ ਦੀ ਪਾਰਟੀ ਤੇ ਉਹਨਾਂ ਦੇ ਕੰਮ ਨੂੰ ਦੇਖ ਕੇ ਵੋਟ ਪਾਓ। ਅਗਰ ਇਹਨਾਂ ਚਾਰ ਦੇਖ ਕੇ ਵੋਟ ਪਾਊਗੀ ਤਾਂ ਸ਼੍ਰੋਮਣੀ ਅਕਾਲੀ ਦਲ ਬਸ ਜਿਹੜੀ ਵੱਡੀ ਜਿੱਤ ਪ੍ਰਾਪਤ ਕਰੇ। ਅੱਜ ਸਵੇਰ ਤੋਂ ਹੀ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਦੇ ਅਧੀਨ ਪੈਂਦੇ ਰਾਏਕੋਟ ਹਲਕੇ ਦੇ ਵੱਖ ਵੱਖ ਪਿੰਡਾਂ ਦੇ ਦੌਰੇ ਤੋਂ ਬਾਅਦ ਇਸ ਵੇਲੇ ਮੈਂ ਲਾਣਾ ਮੰਡੀ ਵਿਖੇ ਖੜਾ ਹਾਂ। ਸਮੂਹ ਭਾਰਤੀ ਸਹਿਬਾਨ ਵੱਲੋਂ ਬੜਾ ਵੱਡਾ ਮਾਨ ਸਤਿਕਾਰ ਜਿਹੜਾ ਹੈ ਉਹ ਦਿੱਤਾ ਗਿਆ। ਮੈਂ ਸਮਝਦਾ ਕਿ ਰਾਏਕੋਟ ਹਲਕੇ ਦੇ ਵਿੱਚ ਮੇਰੀਆਂ ਪਹਿਲੀਆਂ ਕੀਤੀਆਂ ਹੋਈਆਂ ਸੇਵਾਵਾਂ ਨੂੰ ਧਿਆਨ ਚ ਰੱਖਦਿਆਂ ਹੋਇਆਂ ਸਮੂਹ ਆਰਤੀ ਵੀਰਾਂ ਨੇ ਇਹ ਫੈਸਲਾ ਕੀਤਾ ਕਿ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣਾ ਔਰ ਇਸ ਹਲਕੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿਹੜਾ ਭਾਰੀ ਬਹੁਮਤ ਨਾਲ ਅੱਗੇ ਜਾਏਗਾ ਔਰ ਇਹ ਸੀਟ ਜਿੱਤ ਕੇ ਅਸੀਂ ਪਾਰਟੀ ਦੀ ਝੋਲੀ ਚ ਪਾਵਾਂਗੇ। ਰਾਏਕੋਟ ਹਲਕੇ ਦੇ ਅੰਦਰ ਜਿੰਨਾ ਵਿਕਾਸ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਹੋਇਆ ਉਹਨਾਂ ਹੋਰ ਕਿਸੇ ਸਰਕਾਰ ਸਮੇਂ ਨਹੀਂ ਹੋਇਆ। ਠੀਕ ਹੈ, ਬੰਦੇ ਆਪਣੇ ਤੌਰ ਤੇ ਦਾਅਵੇ ਕਰਦੇ ਹੁੰਦੇ ਨੇ, ਲੇਕਿਨ ਇੱਥੇ ਦੇ ਸਾਰੇ ਪਿੰਡਾਂ ਦੇ ਵਿੱਚ ਵਿਕਾਸ ਦਾ ਕੰਮ ਮੈਂ ਆਪਣੇ ਹੱਥੀ ਕਰਦਾ ਰਿਹਾ। ਕੈਂਡੀਡੇਟਾਂ ਦੇ ਕਿਰਦਾਰ, ਉਹਨਾਂ ਦੀ ਪਾਰਟੀ ਤੇ ਉਹਨਾਂ ਦੇ ਕੰਮ ਨੂੰ ਦੇਖ ਕੇ ਵੋਟ ਪਾਓ। ਅਗਰ ਇਹਨਾਂ ਚਾਰ ਦੇਖ ਕੇ ਵੋਟ ਪਾਊਗੀ ਤਾਂ ਸ਼੍ਰੋਮਣੀ ਅਕਾਲੀ ਦਲ ਬਸ ਜਿਹੜੀ ਵੱਡੀ ਜਿੱਤ ਪ੍ਰਾਪਤ ਕਰੇ।